ਚੈਨਲ ਵਾਈ ਚੈਨਲ ਵਾਈ ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ। ਕੰਮ ਨਹੀਂ ਹੋਣਾ ਅਗਲੇ ਬੁੱਧਵਾਰ ਨੂੰ ਆਈ, ਅਗਲੇ ਵੀਰਵਾਰ ਨੂੰ ਆਈ, ਉਹ ਬੁੱਧਵਾਰ ਵੀਰਵਾਰ ਹੀ ਨਹੀਂ ਆਏ ਕਦੇ। ਸੋ ਜਦੋਂ 10 ਮਾਰਚ ਨੂੰ ਰਿਜ਼ਲਟ ਆਇਆ, ਤੁਹਾਡੀ ਸਰਕਾਰ ਬਣੀ, ਤਾਂ ਪਹਿਲੇ ਭਾਸ਼ਣ 'ਚ ਕਿਹਾ ਸੀਗਾ ਹੁਣ ਸਰਕਾਰ ਪਿੰਡਾਂ 'ਚੋਂ, ਸ਼ਹਿਰਾਂ 'ਚੋਂ ਅਤੇ ਕਸਬਿਆਂ 'ਚੋਂ ਚੱਲੂਗੀ ਸਰਕਾਰ, ਤੁਹਾਡੇ ਨਾਂ ਦੁਆਰ ਨਾਂ ਦਾ ਪ੍ਰੋਗਰਾਮ ਚੱਲਦਾ। ਹੁਣ ਡੀਸੀਆਂ ਨੂੰ ਕਿਹਾ ਹੋਇਆ ਹਫ਼ਤੇ 'ਚੋਂ 2 ਦਿਨ ਪਿੰਡਾਂ 'ਚ ਜਾਣਾ, ਅਨਾਊਂਸਮੈਂਟ ਗੁਰਦੁਆਰਾ ਸਾਹਿਬ ਦੇ ਸਪੀਕਰਾਂ 'ਚ ਕਰਕੇ, ਇੱਕ ਪਿੰਡ ਵੱਡੇ ਪਿੰਡ 'ਚ ਬਹਿ ਜਾਓ, ਆਲੇ ਦੁਆਲੇ ਦੇ 4 ਪਿੰਡਾਂ ਦੇ ਲੋਕ ਹੋਰ ਆ ਜਾਣਗੇ, ਰਜਿਸਟਰੀਆਂ ਕਰੋ ਉੱਥੇ ਬਹਿ ਕੇ, ADC ਨੂੰ ਨਾਲ ਲੈ ਜਾਓ, ਕੰਪਿਊਟਰ ਲੈ ਜਾਓ ਨਾਲ, ਅੱਜ ਕੱਲ੍ਹ ਤਾਂ ਜ਼ਮਾਨਾ ਹੀ ਕੰਪਿਊਟਰ ਦਾ, ਅਤੇ ਨਾਲ ਕਿਸੇ ਨੇ ਕੋਈ ਜਨਮ ਸਰਟੀਫਿਕੇਟ ਬਣਾਉਣਾ, ਕਿਸੇ ਨੇ ਕੋਈ ਆਧਾਰ ਕਾਰਡ ਦਾ ਪੰਗਾ, ਉਹ ਸਾਰੇ ਉੱਥੇ ਲੋਕਾਂ ਦੇ ਘਰੇ ਬਹਿ ਕੇ ਕਰੋ। ਲੋਕਾਂ ਦੇ ਬਹੁਤ ਸਾਰੇ ਲੋਕ ਹਜੇ ਵੀ ਇਹੋ ਜਿਹੇ ਨੇ ਜਿਹੜੇ ਸ਼ਹਿਰ ਨਹੀਂ ਜਾ ਸਕਦੇ ਬਿਨਾਂ ਕਿਸੇ ਸਹਾਰੇ ਦੇ, ਬਜ਼ੁਰਗ ਨੇ ਬਿਨਾਂ ਕਿਸੇ ਵਹੀਕਲ ਦੇ, ਉਹਨਾਂ ਕੋਲ ਹੈ ਨਹੀਂ ਸਾਧਨ, ਤਾਂ ਪਿੰਡਾਂ ਦੇ ਵਿੱਚ ਜਾ ਕੇ ਸਰਕਾਰ ਤੁਹਾਡੇ ਦੁਆਰ ਨਾਂ ਦਾ ਪ੍ਰੋਗਰਾਮ ਚਲਾਇਆ, ਉਹਨੂੰ ਹੋਰ ਫਾਸਟ ਕਰਨਾ। ਹੁਣ ਫਿਰ ਵਾਅਦਾ ਕੀਤਾ ਸੀ, ਅਰਵਿੰਦ ਕੇਜਰੀਵਾਲ ਜੀ ਨਾਲ ਹੁੰਦੇ ਸੀ, ਗਰੰਟੀ ਦਿੱਤੀ ਸੀ ਬਿਜਲੀ ਫਰੀ ਕਰ ਦਾਂਗੇ। ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਸੀ, ਲੈ ਐਵੇਂ ਮਰ ਜਾਂਦੇ ਆ, ਪੈਸੇ ਕਿੱਥੋਂ ਆਉਣਗੇ। ਆਉਣ ਸਾਰ ਮਾਰਚ ਦੇ ਵਿੱਚ ਆਪਾਂ ਸਹੁੰ ਚੁੱਕੀ, 1 ਜੁਲਾਈ ਤੋਂ ਫੈਸਲਾ ਕਰ ਲਿਆ ਕਿ 1 ਜੁਲਾਈ ਤੋਂ ਬਾਅਦ ਬਿਜਲੀ ਫਰੀ, 600 ਯੂਨਿਟ ਟੋਟਲ ਫਰੀ, 2 ਮਹੀਨਿਆਂ ਦਾ ਬਿੱਲ ਆਉਂਦਾ। ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ 0 ਆ ਰਿਹਾ। ਤੁਹਾਡੇ ਵੀ ਬਹੁਤ ਸਾਰੇ ਘਰਾਂ 'ਚ ਬਿਜਲੀ ਦਾ ਬਿੱਲ 0 ਆ ਰਿਹਾ ਹੋਣਾ, ਪੈਸੇ ਵੀ ਹੈਗੇ, ਬਿਜਲੀ ਬੋਲ ਨੂੰ ਵੀ ਘਾਟਾ ਨਹੀਂ ਪੈਣ ਦਿੱਤਾ ਅਤੇ ਲੋਕਾਂ ਨੂੰ ਵੀ ਬਿੱਲ ਨਹੀਂ ਆਇਆ। ਜੇ ਪਲੈਨਿੰਗ ਬਣਾਉਣੀ ਹੋਵੇ ਨਾ ਸੱਚੀ ਨੀਅਤ ਨਾਲ, ਤਾਂ ਬਣ ਸਕਦੀ ਹੈ। ਤਾਂ ਅੱਜ ਮੈਨੂੰ ਦੂਜੇ ਸੂਬਿਆਂ ਦੀਆਂ ਸਰਕਾਰਾਂ ਪੁੱਛਦੀਆਂ ਨੇ, ਇਹ ਕੈਸੇ ਕੀ ਆ, ਮੈਂ ਕਿਹਾ ਆ ਜਾਓ ਕਦੇ ਸਮਝਾ ਦਾਂਗੇ ਕੈਸੇ ਕੀ ਆ, ਨੀਅਤ ਚਾਹੀਦੀ ਹੈ ਬਸ। ਫਿਰ ਖੇਤਾਂ ਵਾਲੀ ਬਿਜਲੀ 8 ਘੰਟੇ ਆਉਂਦੀ ਸੀ, ਉਹ ਵੀ ਟੁੱਟਵੀਂ 2 ਘੰਟੇ ਆ ਗਈ, ਘੰਟੇ ਦਾ ਕੱਟ। ਫਿਰ 1.5 ਘੰਟਾ ਆ ਗਈ, ਘੰਟੇ ਦਾ ਕੱਟ। ਉਹ ਮੈਂ ਉਹਨਾਂ ਨੂੰ ਕਿਹਾ ਅਫਸਰਾਂ ਨੂੰ, ਉਹ ਮੈਂ ਕਿਹਾ ਤੁਹਾਨੂੰ ਕਿਹਨੇ ਕਹਿਤਾ ਹੋਏ 8 ਘੰਟਿਆਂ 'ਚ ਝੋਨਾ, ਜੀਰੀ ਕਹਿ ਦਿੰਦੇ ਸਾਡੇ ਇਲਾਕੇ 'ਚ, ਵੀ ਉਹਨੂੰ ਪਾਣੀ ਲੱਗ ਜਾਂਦਾ, ਇਹ ਤੁਹਾਨੂੰ ਕਿਵੇਂ ਬਣਾਤਾ ਰੂਲ। ਕਹਿੰਦੇ ਜੀ ਸੈਕਟਰੀ ਲੈਵਲ ਪਰ ਮੀਟਿੰਗ ਹੋਈ ਸੀ, ਉਸਮੇ ਫੈਸਲਾ ਕੀਆ ਗਿਆ। ਮੈਂ ਕਿਹਾ ਕਦੇ ਨਾਕਾ ਲੈਵਲ 'ਤੇ ਮੀਟਿੰਗ ਹੋਈ ਹੈ? ਕਹਿੰਦੇ ਜੀ ਇਹ ਕਿਆ ਹੋਤਾ ਹੈ ਨਾਕਾ ਲੈਵਲ। ਮੈਂ ਕਿਹਾ ਨਾਕਾ ਨਹੀਂ ਨੱਕਾ। ਕਹਿੰਦੇ ਇਹ ਨਾਕਾ ਕਿਆ ਹੋਤਾ ਸਰ? ਮੈਂ ਕਿਹਾ ਨੱਕਾ ਹੁੰਦਾ ਜਦੋਂ ਖਾਲ 'ਚੋਂ ਕਿਆਰੇ ਨੂੰ ਪਾਣੀ ਜਾਂਦਾ, ਜਿਹੜਾ ਮੂਹਰੇ ਲੱਗਦਾ ਉਹਨੂੰ ਨੱਕਾ ਕਹਿੰਦੇ ਆ। ਮੈਂ ਕਦੇ ਉੱਥੇ ਬੈਠ ਕੇ ਮੀਟਿੰਗ ਕੀਤੀ ਹੈ? ਕਹਿੰਦੇ ਨਹੀਂ। ਮੈਂ ਕੋਈ ਗੱਲ ਨਹੀਂ, ਤੁਹਾਨੂੰ ਕਦੇ ਨੱਕੇ 'ਤੇ ਵੀ ਲੈ ਕੇ ਜਾਵਾਂਗੇ। ਮੈਂ ਕਿਹਾ ਤੁਸੀਂ ਚੁੱਪ ਕਰਕੇ ਬਿਜਲੀ 12 ਘੰਟੇ ਦੇ ਦਿਓ ਲਗਾਤਾਰ, ਕੋਈ ਨਹੀਂ ਕੱਟ ਨਹੀਂ ਲਾਉਣਾ ਵਿੱਚ, ਨਹੀਂ ਤਾਂ ਖਾਲ ਮਰ ਜੂਗਾ, ਫਿਰ ਉਸੇ ਕਿਆਰੇ 'ਚ ਛੱਡਣਾ ਪਊਗਾ, ਫਿਰ ਉਸੇ ਕਿਆਰੇ 'ਚ। ਮੈਂ ਕਿਹਾ ਕੋਈ ਕਿਸਾਨ ਕਮਲਾ ਨਹੀਂ ਹੈਗਾ ਵੀ ਆਪਦੀਆਂ ਪੱਟਾਂ ਤੋੜ ਲਏ ਵੀ ਬਿਜਲੀ ਹੈਗੀ ਹੈ, ਪਾਣੀ ਲਾਈ ਜਾਂਦੇ ਹਾਂ। ਜਦੋਂ ਉਹਨੂੰ ਇਹ ਪਤਾ ਲੱਗਿਆ ਕੱਲ੍ਹ ਨੂੰ ਵੀ ਇੰਨੀ ਆਊਗੀ, ਉਹ 8 ਨਹੀਂ ਤਾਂ 9 ਨਹੀਂ ਤਾਂ 9.5 ਘੰਟਿਆਂ 'ਚ ਬੰਦ ਕਰ ਦੂਗਾ। ਉਹ ਲੋਕ ਮੋਟਰਾਂ ਬੰਦ ਕਰਨ ਲੱਗ ਗਏ। ਮੈਂ ਇੱਧਰੋਂ ਕਹਿਤਾ ਕਿ ਮੇਰਾ ਵਾਅਦਾ ਹੈ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ। ਵਿਰੋਧੀ ਪਾਰਟੀ ਵਾਲੇ ਕਹਿੰਦੇ ਲੈ ਐਵੇਂ ਕਰ, ਐਵੇਂ ਕਹਿਤਾ, ਅਤੇ ਅੱਜ ਹੁੰਦਾ ਜਾਂ ਨਹੀਂ ਹੁੰਦਾ? ਇਹ ਮੋਟਰ ਬੰਦ ਕਰਕੇ ਝੋਨੇ ਲੱਗ ਰਹੇ ਨੇ ਨਾ, ਅਤੇ ਨਾਲੇ ਬਿਜਲੀ ਦਿਨੇ ਆ ਰਹੀ ਹੈ ਨਾ। ਉਹ ਮੈਂ ਕਿਹਾ ਦੁਨੀਆ ਭਰ ਦੇ ਦਫ਼ਤਰ ਦਿਨੇ ਲੱਗਦੇ ਨੇ, ਉਹ ਕਿਸਾਨ ਦਾ ਦਫ਼ਤਰ ਰਾਤ ਦੇ 2 ਵਜੇ ਕਿਉਂ ਲਾਉਂਦੇ ਹੋ ਵੀ ਰਾਤ ਦੇ 2 ਵਜੇ ਬਿਜਲੀ ਆਊ? ਨਾ ਪਹਿਲਾਂ ਸੌਂ ਸਕਦਾ ਨਾ ਬਾਅਦ 'ਚ ਸੌਂ ਸਕਦਾ। ਦਿਨੇ ਬਿਜਲੀ ਆਉਂਦੀ ਹੈ, ਆਮ ਬਿਜਲੀ ਆਉਂਦੀ। ਥਰਮਲ ਪਲਾਂਟ ਖਰੀਦ ਲਿਆ ਜੀ ਸ਼੍ਰੀ ਗੋਬਿੰਦ ਸਾਹਿਬ ਦਾ, 540 ਮੈਗਾਵਾਟ,
ਨਹੀਂ ਤਾਂ ਸਰਕਾਰਾਂ ਵੇਚਦੀਆਂ ਹੁੰਦੀਆਂ ਨੇ ਸਮਾਨ ਆਪਣਾ, ਆਪਾਂ ਖਰੀਦਦੇ ਹਾਂ। ਇਹ ਨੀਅਤ ਦਾ ਫਰਕ ਹੈ ਜੀ। ਇਹ ਤਾਂ ਘੱਟੋ ਘੱਟ ਤੁਸੀਂ ਹਿੱਕ ਤਾਣ ਕੇ ਕਹਿ ਸਕਦੇ ਹੋ ਨਾ ਲੋਕਾਂ ਨੂੰ ਜਾਂ ਵਿਰੋਧੀ ਪਾਰਟੀਆਂ ਨੂੰ, ਕਿਉਂ ਕਿਵੇਂ ਸਾਡੇ ਵਾਲੇ ਕਿਵੇਂ ਕਰਦੇ ਕੰਮ, ਦੇਖ ਲਓ। ਇਸ ਗੱਲ 'ਤੇ ਮਾਣ ਮਹਿਸੂਸ ਕਰ ਸਕਦੇ। ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਕੋਈ ਪ੍ਰਾਈਵੇਟ ਘਾਟੇ ਵਾਲਾ ਜਿਹੜਾ ਸੰਸਥਾ ਉਹ ਖਰੀਦੀ ਹੈ ਅਤੇ ਬਾਅਦ 'ਚ ਵਾਧੇ 'ਚ ਕਰ ਲਿਆ। ਕੋਲਾ ਆਪਣੇ ਕੋਲ ਆਮ ਹੋ ਗਿਆ। ਸੜਕਾਂ 'ਤੇ ਮੌਤਾਂ ਬਹੁਤ ਹੁੰਦੀਆਂ ਸੀ, ਨਵੀਂ ਪੁਲਿਸ ਬਣਾਈ, ਉਹਨਾਂ ਨੂੰ ਮਹਿੰਗੀਆਂ ਗੱਡੀਆਂ ਦਿੱਤੀਆਂ, ਉਹਨਾਂ ਕੋਲ ਫਸਟ ਏਡ ਦਾ ਸਮਾਨ ਹੈ, ਉਹਨਾਂ ਕੋਲ ਆਰੀ ਦੇ ਬਲੇਡ ਨੇ, ਉਹਨਾਂ ਕੋਲ ਗੈਸ ਕਟਰ ਨੇ, ਰੱਬ ਨਾ ਕਰੇ ਕੋਈ ਘਟਨਾ ਹੋ ਗਈ, ਨਾਲ ਦੀ ਨਾਲ ਉਹ ਪਹੁੰਚ ਜਾਂਦੇ ਨੇ, ਪਹਿਲਾਂ ਖੂਨ ਰੋਕ ਕੇ ਪੱਟੀਆਂ ਕਰਦੇ ਨੇ। ਤੁਹਾਨੂੰ ਹੈਰਾਨੀ ਹੋਊਗੀ ਜਾਣ ਕੇ, 1 ਫਰਵਰੀ ਨੂੰ SSF ਸੜਕ ਸੁਰੱਖਿਆ ਫੋਰਸ ਬਣਾਈ ਸੀ, 1 ਅਗਸਤ ਤੱਕ 1200 ਤੋਂ ਵੱਧ ਬੰਦਿਆਂ ਦੀ ਜਾਨ ਬਚਾਤੀ, ਜਿਹੜੇ ਪਿਛਲੇ ਸਾਲ ਦਾ ਰਿਕਾਰਡ ਹੈ 1 ਫਰਵਰੀ ਤੋਂ 1 ਅਗਸਤ ਦਾ, ਉਹਦੇ ਨਾਲੋਂ 1200 ਮੌਤਾਂ ਘੱਟ ਹੋਈਆਂ ਨੇ। ਫਿਰ ਪਰਮਾਤਮਾ ਨੇ ਜੇ ਕੋਈ ਡਿਊਟੀ ਲਾਉਣੀ ਹੁੰਦੀ ਹੈ ਕਿਸੇ ਬੰਦੇ ਦੀ, ਪਰਮਾਤਮਾ ਕਦੇ ਕਿਸੇ ਕਿਸੇ ਤੋਂ ਸਮੱਤ ਬਖਸ਼ ਦਿੰਦਾ, ਉਹਨੂੰ ਬਲ ਬਖਸ਼ ਦਿੰਦਾ ਵੀ ਇਹ ਤੋਂ ਇਹ ਕੰਮ ਕਰਾਉਣਾ। 2018 'ਚ 26 ਦਸੰਬਰ ਨੂੰ ਮੈਂ MP ਸੀ, ਮੈਂ ਮੈਡਮ ਸਪੀਕਰ ਦੇ ਕਮਰੇ 'ਚ ਗਿਆ, ਮੈਂ ਕਿਹਾ ਜੀ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ, ਫਤਿਹਗੜ੍ਹ ਸਾਹਿਬ ਸਭਾ ਹੁੰਦੀ ਹੈ, ਮੈਂ ਕਿਹਾ ਜੀ ਉਹਨਾਂ ਨੂੰ ਸ਼ਰਧਾਂਜਲੀ ਦੇਣੀ, ਉਹਨਾਂ ਨੂੰ ਪਾਰਲੀਮੈਂਟ 'ਚੋਂ ਸ਼ਰਧਾਂਜਲੀ। ਉਹਨੇ ਕੰਪਿਊਟਰ 'ਤੇ ਚੈੱਕ ਕੀਤਾ ਆਪਦੇ ਅਫਸਰਾਂ ਤੋਂ, ਕਹਿੰਦੇ ਜੀ ਪਹਿਲੇ ਤੋਂ ਕਦੀ ਦੀ ਨਹੀਂ ਗਈ ਸ਼ਰਧਾਂਜਲੀ। ਮੈਂ ਕਿਹਾ ਫਿਰ ਇਹੀ ਤਾਂ ਦੁੱਖ ਹੈ, ਕਿਉਂ ਨਹੀਂ ਦਿੱਤੀ ਗਈ? ਜੇ ਪਹਿਲੇ ਨਹੀਂ ਦੀ ਗਈ ਤਾਂ ਆਪ ਦੇ ਦਿਓ, ਕੱਲ੍ਹ ਦੇ ਦਿਓ। ਉਹ ਕਹਿੰਦੇ ਮੈਡਮ, ਕਹਿੰਦੇ ਵੀ ਇਹ TMC ਵਾਲੇ ਸੰਸਦ ਨਹੀਂ ਚੱਲਣੇ ਦੇ ਰਹੇ ਪਿਛਲੇ 5 ਦਿਨ ਸੇ, ਆ ਨਾਇਡੂ ਹੋਰੀ ਤੋ ਕੈਸੇ ਕਰੇਂਗੇ। ਮੈਨੇ ਕਿਹਾ ਜੀ TMC ਵਾਲੋਂ ਕੋ ਮੈਂ ਮਨਾ ਲੂੰਗਾ, ਵੋ ਮੇਰਾ ਕਾਮ ਹੈ, ਆਪ ਸ਼ਰਧਾਂਜਲੀ ਦਿਓ। ਕਹਿੰਦੇ ਠੀਕ ਹੈ, ਲਿਖ ਕੇ ਦੇ ਦਿਓ ਮੁਝੇ। ਫਿਰ ਮੈਂ ਲਿਖ ਕੇ ਦਿੱਤਾ ਕਿ 1705 ਈਸਵੀ 'ਚ 9 ਸਾਲ ਅਤੇ 7 ਸਾਲ ਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਸੂਬਾ ਸਰਹੰਦ ਨੇ ਜਦੋਂ ਨੀਹਾਂ ਦੇ ਵਿੱਚ ਚਿਣੇ, ਔਰ ਚਿਣੇ ਨਹੀਂ ਇਕੱਲੇ, ਐਡੀ ਬੇਰਹਿਮੀ ਨਾਲ ਚਿਣੇ ਕਿ ਜਦੋਂ ਕੰਧ ਗੋਡਿਆਂ ਤੱਕ ਆ ਗਈ ਤਾਂ ਗੋਡੇ ਬਾਹਰ ਸੀ, ਚੱਪੜੀਆਂ ਬਾਹਰ ਸੀ, ਇੱਟ ਛਿੱਲਣੀ ਪੈਣੀ ਸੀ। ਉਹ ਐਡਾ ਜ਼ਾਲਮ ਸੀ, ਉਹ ਕਹਿੰਦਾ ਇੱਟ ਨਹੀਂ ਛਿੱਲਣੀ, ਚਾਰੇ ਗੋਡੇ ਛਿੱਲ ਦਿਓ। ਚਾਰੇ ਗੋਡੇ ਛਿੱਲਤੇ ਜੀ ਤੇਸੇ ਨਾਲ, ਐਡੀਆਂ ਐਡੀਆਂ ਕੁਰਬਾਨੀਆਂ। ਫਿਰ ਵੀ ਧਰਮ ਤੋਂ, ਆਪਣੇ ਪਿਤਾ ਜੀ ਦੇ ਜ਼ੁਬਾਨ ਤੋਂ ਮੁਕਰੇ ਨਹੀਂ। ਫਿਰ ਮੈਂ ਦੱਸਿਆ, ਮੈਡਮ ਵੱਡੇ ਸਾਹਿਬਜ਼ਾਦਿਆਂ ਦੀਆਂ ਅੱਖਾਂ 'ਚ ਅੱਥਰੂ ਆ ਗਏ, ਤਾਂ ਛੋਟੇ ਸਾਹਿਬਜ਼ਾਦੇ ਕਹਿੰਦੇ ਭਾਈ ਸਾਹਿਬ ਮੌਤ ਤੋਂ ਡਰ ਲੱਗਦਾ? ਤਾਂ ਜ਼ੋਰਾਵਰ ਸਿੰਘ ਜੀ ਕਹਿੰਦੇ ਫਤਿਹ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ, ਮੇਰੀਆਂ ਅੱਖਾਂ 'ਚ ਅੱਥਰੂ ਤੈਨੂੰ ਤੇਰੇ ਬਾਰੇ ਸੋਚ ਕੇ ਆ ਰਹੇ ਨੇ ਕਿ ਤੂੰ ਦੁਨੀਆ 'ਤੇ ਆਇਆ ਮੇਰੇ ਤੋਂ ਬਾਅਦ 'ਚ ਸੀ, ਜਾਏਗਾ ਮੇਰੇ ਤੋਂ ਪਹਿਲਾਂ, ਕਿਉਂਕਿ ਉਹਨਾਂ ਦਾ ਕੱਦ ਛੋਟਾ ਸੀ ਤਾਂ ਇੱਟਾਂ ਜਿਹੜੀਆਂ ਨੇ ਗਰਦਨ ਤੱਕ ਪਹਿਲਾਂ ਪਹੁੰਚ ਜਾਣੀਆਂ ਸੀ। ਤਾਂ ਆਹ ਮੈਂ ਦੱਸਤਾ ਮੈਡਮ ਨੂੰ। ਅਗਲੇ ਦਿਨ ਆ ਕੇ ਮੈਂ TMC ਨੂੰ ਮਨਾ ਲਿਆ, ਮੈਂ ਕਿਹਾ ਮੈਂ ਤੁਹਾਡਾ ਕਿੰਨਾ ਸਾਥ ਦਿੰਦਾ ਰਹਿਣਾ, ਕੱਲ੍ਹ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ, ਸ਼ਰਧਾਂਜਲੀ ਦੇ ਲੈਣ ਦਿਓ, ਸ਼ਰਧਾਂਜਲੀ ਤੱਕ ਤੁਸੀਂ ਪਾਰਲੀਮੈਂਟ 'ਚ ਰੌਲਾ ਨਾ ਪਾਇਓ, ਉਹ ਤੋਂ ਬਾਅਦ ਮੈਂ ਤੁਹਾਡਾ ਸਾਥ ਦੇ ਦੂੰਗਾ। ਉਹ ਕਹਿੰਦੇ ਠੀਕ ਹੈ,
ਉਹ ਮੰਨ ਗਏ। ਅਗਲੇ ਦਿਨ ਨੂੰ 11 ਵਜੇ ਜਦੋਂ ਮੈਡਮ ਸਪੀਕਰ ਆਏ, ਕੱਢ ਕੇ ਦੇਖ ਲਿਓ ਯੂਟਿਊਬ 'ਤੇ, ਮੈਨੂੰ ਇੰਨੀ ਖੁਸ਼ੀ ਹੋਈ, ਕਿਹੜੀਆਂ ਪ੍ਰਧਾਨਗੀਆਂ, ਕਿਹੜਾ ਪੈਸਾ ਟਕਾ ਸਭ ਥੱਲੇ ਰਹਿ ਜਾਂਦੀਆਂ ਨੇ। ਮੈਨੂੰ ਇੰਨੀ ਖੁਸ਼ੀ ਹੋਈ ਜਦੋਂ ਪਹਿਲੀ ਵਾਰ ਭਾਰਤ ਦੀ ਸੰਸਦ ਦੇ ਵਿੱਚ ਪਹਿਲੀ ਵਾਰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ, ਮੌਨ ਰੱਖ ਕੇ ਅਤੇ ਬਕਾਇਦਾ ਉਹਨਾਂ ਬਾਰੇ ਦੱਸ ਕੇ ਕਿ ਇਸ ਤਰ੍ਹਾਂ ਹੋਇਆ। ਅਤੇ ਮੈਂ ਕਿਹਾ ਮੈਡਮ ਇਹਨੂੰ ਔਨ ਰਿਕਾਰਡ ਕਰੋ। ਔਨ ਰਿਕਾਰਡ ਕੀ ਹੁੰਦਾ ਪੰਜਾਬੀਓ? ਔਨ ਰਿਕਾਰਡ ਦਾ ਮਤਲਬ ਹੈ ਵਿਧਾਨ ਸਭਾ ਜਾਂ ਲੋਕ ਸਭਾ 'ਚ ਕੋਈ ਚੀਜ਼ ਔਨ ਰਿਕਾਰਡ ਹੋਵੇ ਨਾ, ਉਹਦਾ ਮਤਲਬ ਇਹ ਹੁੰਦਾ ਕਿ ਸਦਾ ਲਈ ਰਿਕਾਰਡ ਹੋ ਗਈ। ਹੁਣ ਅੱਜ ਤੋਂ 400 ਸਾਲ ਬਾਅਦ ਆਪਾਂ ਤਾਂ ਹੋਣਾ ਨਹੀਂ, ਆਪਣੇ ਪੁੱਤ ਪੋਤਿਆਂ ਨੇ ਵੀ ਨਹੀਂ ਹੋਣਾ, ਪਰ ਅੱਜ ਤੋਂ 400 ਸਾਲ ਬਾਅਦ ਵੀ ਜਦੋਂ ਭਾਰਤ ਦੀ ਪਾਰਲੀਮੈਂਟ 27 ਦਸੰਬਰ ਨੂੰ 11 ਵਜੇ ਸ਼ੁਰੂ ਹੋਊਗੀ, ਤਾਂ ਸਭ ਤੋਂ ਪਹਿਲਾਂ ਔਨ ਰਿਕਾਰਡ ਮੁਤਾਬਕ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣੀ ਪਊਗੀ। ਉਹ ਤੋਂ ਬਾਅਦ ਫਿਰ ਪਾਰਲੀਮੈਂਟ ਜਿਹੜੀ ਹੈ ਸ਼ੁਰੂ ਹੋਊ। ਔਰ ਦੁੱਖ ਦੀ ਗੱਲ ਇਹ ਹੈ, ਜਿਹੜੇ ਪਹਿਲਾਂ ਪੰਥ ਦੀਆਂ ਗੱਲਾਂ ਕਰਦੇ ਰਹੇ, ਜਿਹੜੇ ਪਹਿਲਾਂ ਪੰਥ ਦੇ ਨਾਂ 'ਤੇ ਵੋਟਾਂ ਲੈਂਦੇ ਰਹੇ, ਕਿਸੇ ਨੇ ਇੱਕ ਅਰਜ਼ੀ ਵੀ ਨਹੀਂ ਪਾਈ ਵੀ ਚੱਲ ਮਨੇ ਹੀ ਕਰਤਾ ਹੋਵੇ ਅਰਜ਼ੀ ਤਾਂ ਪਾਓ, ਅਰਜ਼ੀ ਵੀ ਨਹੀਂ ਪਾਈ ਕਿਸੇ ਨੇ। ਸੋ ਵੀਰੋ, ਇਹ ਪਰਮਾਤਮਾ ਸਮੱਤ ਬਖਸ਼ਦਾ, ਬਲ ਬਖਸ਼ਦਾ। ਮੈਂ ਤਾਂ 2 ਟਾਈਮ 'ਤੇ ਹੀ ਅਰਦਾਸ ਕਰਦਾ ਰਹਿੰਦਾ, ਪਰਮਾਤਮਾ ਜਿੰਨੀ ਕੁ ਇੱਜ਼ਤ ਬਣਾਈ ਹੈ ਉਨੀ ਕੁ ਕਾਇਮ ਰੱਖ ਦੀ, ਘਟਾਈ ਨਾ ਭਾਵੇਂ ਵਧਾਈ ਵੀ ਨਾ, ਜਿੰਨੀ ਕੁ ਹੈਗੀ ਆ ਉਨੀ ਕੁ ਰੱਖ ਦੀ। ਮੇਰੇ ਹੱਥੋਂ ਕੋਈ ਇਹੋ ਜਿਹਾ ਫੈਸਲਾ ਨਾ ਕਰਵਾ ਲਈ ਜਿਹਦੇ ਨਾਲ ਕਿਸੇ ਘਰ ਦਾ ਚੁੱਲ੍ਹੇ ਦੀ ਅੱਗ ਬੁਝਦੀ ਹੋਵੇ। ਮੇਰੇ ਹੱਥੋਂ ਜੇ ਫੈਸਲੇ ਕਰਾਉਣੇ ਇਹੋ ਜਿਹੇ ਕਰਾਈ ਜਿਹਦੇ ਨਾਲ ਖੁਸ਼ੀਆਂ ਦੀ, ਤਰੱਕੀਆਂ ਦੀ ਜੋਤ ਜਗਦੀ ਹੋਵੇ। ਹਰ ਰੋਜ਼ ਮੈਂ ਨੌਕਰੀਆਂ ਦੇ ਕੇ ਆਉਣਾ, ਹਰ ਰੋਜ਼ ਮੈਂ ਕਿਸੇ ਨਾ ਕਿਸੇ ਲੋਕਾਂ ਦੀ ਭਲਾਈ ਦੇ ਕੰਮਾਂ ਦੇ ਫਾਈਲਾਂ 'ਤੇ ਸਾਈਨ ਕਰਦਾ, ਮੈਨੂੰ ਇਸੇ ਗੱਲ ਦੀ ਖੁਸ਼ੀ ਹੈ। ਪੈਸੇ ਪੂਸੇ ਕਮਾਉਣ ਨਾਲ ਤਾਂ ਭੁੱਲ ਜਾਓ, ਮੈਂ ਤਾਂ ਬਹੁਤ ਇਸ ਕੰਮ ਤੋਂ ਦੂਰ ਹਾਂ ਜੀ। ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ, ਪੈਸੇ ਕਮਾਉਣੇ ਹੁੰਦੇ ਮੈਂ ਕਲਾਕਾਰੀ 'ਚੋਂ ਬਹੁਤ ਕਮਾ ਲੈਂਦਾ। ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ, ਮੈਂ ਵੀ ਤਾਂ ਮੰਨਿਆ ਪਰਮੰਨਿਆ ਸੀ। ਪਰ ਜੋ ਲੋਕਾਂ ਦੇ ਲੇਖੇ ਲੱਗ ਜਾਓ ਤਾਂ ਲੱਗ ਜਾਂਗੇ ਫਿਰ। ਤੁਹਾਨੂੰ ਪਤਾ ਕਰਤਾਰ ਸਿੰਘ ਸਰਾਭਾ, ਸਰਾਭਾ ਪਿੰਡ ਹੈ, 350 ਕਿੱਲਿਆਂ ਦਾ ਮਾਲਕ ਸੀ ਉਹ, ਕਰਤਾਰ ਸਿੰਘ ਸਰਾਭਾ, 350 ਕਿੱਲਿਆਂ ਦਾ। ਅਤੇ ਉਸ ਜ਼ਮਾਨੇ 'ਚ ਬਰਕਲੇ ਯੂਨੀਵਰਸਿਟੀ ਕੈਲੀਫੋਰਨੀਆ 'ਚ ਪਾਇਲਟ ਦਾ ਕੋਰਸ ਕਰਨ ਗਿਆ ਸੀ, ਪਾਇਲਟ ਦਾ। ਗਦਰੀ ਬਾਬੇ ਨਾਲ ਮੇਲ ਹੋ ਗਿਆ, ਦੇਸ਼ ਭਗਤੀ 'ਚ ਪੈ ਗਿਆ। 19 ਸਾਲ ਦੀ ਉਮਰ 'ਚ ਫਾਂਸੀ ਹੋ ਗਈ ਬਾਬੇ। ਆਪਾਂ ਉਹਨਾਂ ਨਾਲੋਂ ਵੱਡੇ ਹੋ ਹੀ ਨਹੀਂ ਸਕਦੇ ਕਦੇ, ਉਹਨਾਂ ਤੋਂ ਵੱਡੇ ਕਿਵੇਂ ਹੋ ਜਾਵਾਂਗੇ? ਸੋ ਪੈਸਾ ਜਿਹੜਾ ਹੁੰਦਾ ਨਾ, ਇਹਦਾ ਕੋਈ ਇਹਦਾ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਾਮ। ਸੋ ਇਹ ਤਾਂ ਕਿਸੇ ਤੋਂ ਜਿੱਤੇ ਨਹੀਂ ਗਿਆ ਜੀ, ਵੱਡੇ ਵੱਡੇ ਪਏ ਆ ਧਨਾੜ ਪਰ ਨਹੀਂ। ਉਹ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ, ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ 'ਤੇ ਹੀ ਲਾ ਲੈਂਦਾ, ਹੁਣ ਤੱਕ ਤੂੰ ਮੇਰਿਆ ਮਿੱਤਰਾ, ਪੈਸੇ ਬਹੁਤ ਕਮਾ ਲੈਂਦਾ, ਪੈਸੇ ਨਾਲ ਪੁਜੀਸ਼ਨ ਬਣਦੀ, ਕੋਈ ਕਾਰੋਬਾਰ ਚਲਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ। ਅੱਗੇ ਉਹ ਜਵਾਬ ਆਇਆ, ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ, ਇਹ ਸਮਾਂ ਸਭ ਨੂੰ ਢਾ ਲੈਂਦਾ। ਉਹ ਕਿੰਨੇ ਧਨੀ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ, ਕੌਣ ਲਿਖਦਾ ਫਿਰ ਸੱਚੀ ਗੁਰਬਾਣੀ, ਜੇ ਨਾਨਕ ਹੱਟੀ ਪਾ ਲੈਂਦਾ। ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ੍ਹ ਕੇ ਬਹਿ ਜਾਂਦੇ ਤਾਂ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ?
ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ? ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ ਚੋਂ ਫਰਕ ਕੌਣ ਕੱਢਦਾ? ਕਿਹੜੀ ਹਰਾਮ ਦੀ ਕਮਾਈ ਦੀ ਹੈ, ਕਿਹੜੀ ਹਲਾਲ ਦੀ ਕਮਾਈ ਦੀ ਹੈ? ਫਿਰ ਉਦਾਸੀਆਂ ਕਰਕੇ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦਾ ਹੋਕਾ ਕੌਣ ਦਿੰਦਾ ਜੀ? ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ। ਸਾਡੇ ਗੁਰੂਆਂ ਨੇ ਦੱਸਿਆ ਕਿ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਨਜ਼ਾਰਾ ਵੱਖਰਾ ਹੀ ਹੁੰਦਾ। ਸੋ ਤੁਹਾਡੇ ਨਾਲ ਖੜੇ ਹਾਂ ਬਈ, ਤੁਹਾਡੇ ਨਾਲ ਖੜੇ ਹਾਂ। ਜੇ ਤੁਹਾਨੂੰ ਲੱਗਦਾ ਭਗਵੰਤ ਮਾਨ ਸਾਡੇ ਵਰਗਾ ਹੀ ਹੈ, ਸਾਡੇ 'ਚੋਂ ਹੀ ਹੈ, ਹਰ ਰੋਜ਼ ਮਿਲਦਾ ਲੋਕਾਂ ਨਾਲ, ਗੱਲ ਕਰਦਾ, ਦਿਲੋਂ ਬੋਲਦਾ, ਜੇ ਤੁਹਾਨੂੰ ਥੋੜ੍ਹਾ ਬਹੁਤ ਦਿਲ ਦੇ ਕੋਨੇ ਨੂੰ ਕੋਈ ਚੀਜ਼ ਚੰਗੀ ਲੱਗਦੀ, ਇੱਕ ਵਾਰੀ ਤਾੜੀਆਂ ਮਾਰ ਕੇ ਸਾਡੀ ਸਾਰੀ ਟੀਮ ਦਾ ਹੌਸਲਾ ਵਧਾ। ਕੱਲ੍ਹ ਹਾਕੀ ਦੇ ਖਿਡਾਰੀਆਂ ਨੂੰ ਮਿਲਿਆ ਮੈਂ, ਕਰੋੜ ਕਰੋੜ ਰੁਪਈਆ ਦਿੱਤਾ, 8-9 ਖਿਡਾਰੀ ਆਪਣੇ ਪੰਜਾਬ ਦੇ ਨੇ, ਕਰੋੜ ਕਰੋੜ ਰੁਪਈਆ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ। ਮੈਂ ਬੱਚਿਆਂ ਨੂੰ ਕਹਿੰਦਾ ਆਓ ਖੇਡਾਂ ਵੱਲ ਆਓ, ਚਲੋ ਗਰਾਊਂਡ ਨੂੰ ਚੱਲੀਏ, ਗਰਾਊਂਡ 'ਚ ਆਉਂਗੇ ਸਿਹਤ ਬਣੂਗੀ, ਆ ਨਸ਼ਿਆਂ ਨੁਸ਼ਿਆਣੀਆਂ ਬੁਰੀਆਂ ਸੰਗਤਾਂ ਤੋਂ ਬਚਾਂਗੇ, ਮੈਡਲ ਮਿਲਣਗੇ, ਸਰਕਾਰਾਂ ਤੁਹਾਡੀ ਹੈਲਪ ਕਰਨਗੀਆਂ। ਇਹ ਚੀਜ਼ਾਂ ਆਪਾਂ ਡਿਵੈਲਪ ਕਰਨੀਆਂ। ਆਮ ਆਦਮੀ ਕਲੀਨਿਕ ਖੋਲ੍ਹੇ ਨੇ, 829 ਨੇ, 30-30 ਹੋਰ ਤਿਆਰ ਨੇ ਆਉਣ ਵਾਲੇ ਦਿਨਾਂ 'ਚ। ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।